वक्त हमारे साथ मौजूद हैं सरदार गजन सिंह जी, जो आई प्रेस वार्ता दे रहे हैं रिफ्यूजी तबके को लेके, तो क्या कहेंगे? सबसे पहले मैं 2024 और नया साल है, सभी अपने राष्ट्र को मुबारकबाद देता हूँ। सारे जो देशों विदेशों के बीच, खासकर हिंदुस्तान वासियों, सारे भारत वासियों मैं लख लख बधाई देता। और जो तुम पूछा रिफ्यूजियों के वास्ते कि रिफ्यूजी ਸਾਡੇ 1947 ਵੀ ਰਿਫਿਊਜੀਆਂ ਦਾ ਬੜਾ ਭਾਰੀ ਕਤਲਾਮ ਹੋਇਆ ਆਜ਼ਾਦ ਕਸ਼ਮੀਰ 'ਚੋਂ। ਅਸੀਂ ਕਹਿੰਦੇ ਸੀ ਅਸੀਂ ਭਾਰਤ ਵਿੱਚ ਆਏ ਹਾਂ, ਇਹ ਸਾਡੇ ਨਾਲ ਇਨਸਾਫ਼ ਹੋਏਗਾ, ਲੇਕਿਨ ਅੱਜ ਤਕਰੀਬਨ 70-77 ਸਾਲ ਹੋ ਗਏ, ਸਾਡੇ ਨਾਲ ਕੋਈ ਇਨਸਾਫ਼ ਨਹੀਂ ਹੋਇਆ। ਯੂਟੀ ਸਟੇਟ ਵੀ ਬਣੀ ਹੈ, ਮੇਰੀ ਪ੍ਰਧਾਨ ਮੰਤਰੀ ਜੀ, ਰਾਸ਼ਟਰਪਤੀ ਜੀ ਨੂੰ ਔਰ ਮਿਨਿਸਟਰ ਜੀ ਅਮਿਤ ਸ਼ਾਹ ਜੀ ਨੂੰ ਬੇਨਤੀ ਹੈ ਕਿ ਫੌਰਨ ਨਾਲ ਰਿਫਿਊਜੀਆਂ ਨੂੰ ਜਿਹੜੇ 5-5 ਲੱਖ ਰੁਪਏ ਪਹਿਲਾਂ ਦਿੱਤਾ ਗਿਆ, 5-5 ਲੱਖ ਰੁਪਏ ਹੋਰ ਦਿੱਤਾ ਜਾਏ, ਔਰ ਇਹਨਾਂ ਨੇ ਬੱਚੇ ਨੌਕਰੀ ਦਿੱਤੀ ਜਾਣ, ਔਰ ਇਹਨਾਂ ਦੀ ਬੱਚਿਆਂ ਨੂੰ ਬੇਰੁਜ਼ਗਾਰੀ ਦੂਰ ਕੀਤੀ ਜਾਵੇ, ਔਰ ਇਹਨਾਂ ਨੂੰ ਆਰਮੀ ਵਿੱਚ ਭਰਤੀ ਕੀਤੀ ਜਾਵੇ, ਔਰ ਜਿਹੜਾ ਪਲਾਟ ਜਿਹੜਾ ਹਰ ਬੰਦੇ ਨੂੰ ਜਿਹੜਾ ਇਹ 10-10 ਮਰਲਾਂ ਜਿਹੜਾ ਕਨਾਲ ਪਲਾਟ ਮਿਲਣਾ ਚਾਹੀਦਾ, ਔਰ ਇਹਨਾਂ ਦੇ ਹਰ ਫਰਦ ਨੂੰ, ਹਰ ਫੈਮਿਲੀ ਦੇ ਮੈਂਬਰ ਨੂੰ ਇੱਕ ਨੌਕਰੀ ਮਿਲਣੀ ਚਾਹੀਦੀ ਹੈ, ਔਰ ਜੰਮੂ ਕਸ਼ਮੀਰ ਜਿਹੜੀ ਹੈ ਇੰਡਸਟਰੀ ਲਗਾਈ ਜਾਣ, ਔਰ ਖਾਸ ਕਰ ਜਿਹੜੀ ਪੂੰਛ ਸਟੇਟ ਹੈ ਸਾਡੀ, ਪੂੰਛ ਡਿਸਟ੍ਰਿਕਟ ਹੈ ਜਿਹੜੀ ਸਟੇਟ ਹੁੰਦੀ ਸੀ ਕਿਸੇ ਟਾਈਮ, ਉਸ ਦੇ ਵਿੱਚ ਬੇਰੁਜ਼ਗਾਰੀ ਬੜੀ ਹੈ, ਇਹਨਾਂ ਲੋਕਾਂ ਨੂੰ ਜਿਹੜੀ ਹੈ ਨੌਕਰੀ, ਚਾਹੇ ਪੈਰਾਮਿਲਟਰੀ ਫੋਰਸ ਹੋਣ, BSF ਹੋਵੇ, ਗੌਰਮੈਂਟ ਸੇ ਆਪਣੀ ਗੁਜ਼ਾਰਿਸ਼ ਕਰ ਰਹਾ ਹੂੰ, ਅਪੀਲ ਕਰ ਰਹਾ ਹੂੰ ਕਿ ਅਗਰ 50 ਲੱਖ ਰੁਪਏ ਦਿਆ ਜਾਏ ਕੋਈ ਕੰਮ ਨਾ ਆਵੇ। ਕਿਉਂ ਕਿ ਅੱਜ ਜਿਹੜੀ ਹੈ ਮਤਲਬ ਕਿਸੇ ਜੰਮੂ ਮੈਂ ਜਾਂ ਸ਼੍ਰੀਨਗਰ ਮੈਂ ਕਿਹਾ ਹੀ ਪਰ ਵੀ ਆਮ ਲੋਕ ਜੋ ਇੱਕ 10 ਮਰਲੇ ਦਾ ਪਲਾਟ ਖਰੀਦਣਾ ਹੋਵੇ, 50 ਲੱਖ ਰੁਪਏ ਤੋਂ ਕਮ ਸੇ ਕਮ ਪਲਾਟ ਵੀ ਮਿਲੇਗਾ, ਤਾਂ ਇਹ ਕਦ ਸੈਟਲ ਹੋਵੇ। ਅੱਜ ਵੀ ਗੁਰਦੁਆਰੇ ਮੰਦਰ ਮਸਜਿਦ ਮੈਂ ਲੋਕ ਰਹਿ ਰਹੇ ਹੈ, ਉਹ ਬੁੜੇ ਹੋ ਗਏ, ਹਮਾਰੀ ਤਾਂ 3 ਪੀੜ੍ਹੀਆਂ ਤੋਂ ਚਲੀ ਗਈ ਐਸੀ ਹੀ, ਹਮਾਰੇ ਬੱਚੇ ਬੇਰੁਜ਼ਗਾਰ ਹੈ, ਜੰਮੂ ਕਸ਼ਮੀਰ ਕੇ ਜੋ ਰਿਫਿਊਜੀਸ ਗਏ ਹੈ, ਔਰ ਹਮਾਰੇ ਇਨਕੇ ਬੱਚੇ ਅਕਸਰ ਉਸਮਾਨ ਕੇ ਬੱਚੇ ਹੈ, ਔਰ ਰਿਫਿਊਜੀ ਵੀ ਹੈ, ਔਰ ਆਰਮੀ ਮੈਂ ਹੈ, ਹਮਾਰੇ ਸਾਥ ਇਨਸਾਫ਼। ਪ੍ਰਧਾਨ ਮੰਤਰੀ ਜੀ ਸੇ ਇਹ ਗੁਜ਼ਾਰਿਸ਼ ਹੈ, ਬੇਨਤੀ ਹੈ, ਅਪੀਲ ਹੈ ਕਿ ਐਸਾ ਕੋਈ ਕਮਿਸ਼ਨ ਬਿਠਾਇਆ ਜਾਵੇ ਜਲਦ ਸੇ ਜਲਦ, ਤਕਰੀਬਨ ਮਾਰਚ ਸੇ 31 ਮਾਰਚ ਦੇ ਪਹਿਲਾਂ ਇਹ ਰਿਪੋਰਟ ਦੇ, ਔਰ ਇਹ ਲੋਕਾਂ ਦੀ ਆਵਾਜ਼ ਕਾਰੀ ਹੋ, ਜੇ ਸੈਟਲ ਹੋ, ਜੈ ਪੁੰਛ, ਜੈ ਭਾਰਤ, ਜੈ ਹਿੰਦ।